मामा भैणा दा इकट्ठ अज दस रहा है कि लखीमपुर खीरी दे विच जिहड़ा अत्याचार होया, जिहड़ा एडी माड़ी घटना वापरी है, जिहदा साडे अंदर मान साडा उदास भी है, साडे अंदर एक रोस भी है, ते साडे अंदर एक रोह भी है। मैं थोड़े जे शब्द ही बोल के जाने ने, पर मैं मेरा जिहड़ा अज दा विषय है, प्रधान साहब ने जिवें साडे अंक जी होर ने गल जिहड़ी मैं दिल दी कहनी चाहुंदा सी, उन्हां ने पहले कहती कि इस रैली दा मकसद की है। ਸਵੈ ਪੜਚੋਲ ਤੋਂ ਆਪਾਂ ਗੱਲ ਸ਼ੁਰੂ ਕਰਾਂਗੇ ਆਪਣੇ ਤੋਂ ਕਿ ਬੇਸ਼ੱਕ ਇਹ ਨਾਰੇ ਤੇ ਜੈਕਾਰੇ ਸਾਨੂੰ ਬੇਹੱਦ ਜੋਸ਼ ਦਿੰਦੇ ਆ, ਪਰੰਤੂ ਸਾਨੂੰ ਸੋਸ਼ਲੀ ਤੇ ਪੋਲੀਟੀਕਲੀ ਬਹੁਤ ਅਵੇਅਰ ਹੋਣਾ ਪਊਗਾ, ਜਾਗਰੂਕ ਹੋਣਾ ਪੈਣਾ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇ ਮੰਨ ਲਓ ਮੈਂ ਵੀ ਇੱਥੇ ਬੋਲ ਰਿਹਾ ਤਾਂ ਮੈਨੂੰ ਸਿਰਫ ਇਹ ਗੱਲ ਨਾ ਸਮਝੀ ਜਾਵੇ ਕਿ ਕਲਾਕਾਰ ਆ, ਗਾਉਣ ਵਾਲੇ, ਇੱਕ ਇਮੇਜ ਇੱਦਾਂ ਦਾ ਵੀ ਬਣਿਆ ਹੁੰਦਾ। ਮੇਰੇ ਬਾਰੇ ਵੀ ਅੰਦਰੋਂ ਪਤਾ ਹੋਣਾ ਚਾਹੀਦਾ ਕਿ ਭਾਈ ਇਹ ਕਿੰਨਾ ਕੁ ਪੜ੍ਹਿਆ ਜਾਂ ਕੀ ਹਿਸਾਬ ਕਿਤਾਬ ਹੈ, ਜਾਂ ਕਿੱਥੇ ਥੋੜ੍ਹਾ ਬਹੁਤਾ ਬੰਦੇ ਨੂੰ ਨੌਲੇਜ ਸਭ ਨੂੰ ਹੋਣੀ ਚਾਹੀਦੀ ਹੈ। ਗਾਉਣਾ ਸਾਡਾ ਸ਼ੌਂਕ ਸੀਗਾ, ਉਹਨੂੰ ਅਸੀਂ ਆਪਣਾ ਪ੍ਰੋਫੈਸ਼ਨ ਬਣਾਇਆ, ਪਰ ਬੇਸਿਕਲੀ ਅਸੀਂ ਮੱਧ ਵਰਗੀ ਕਿਸਾਨੀ ਪਰਿਵਾਰ ਤੋਂ, ਅਸੀਂ ਵੀ ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੋਂ ਡਿਗਰੀਆਂ ਕਰਕੇ ਨੌਕਰੀਆਂ ਲਈਆਂ ਅਤੇ ਫਿਰ ਉਹ ਛੱਡੀਆਂ। ਪਰ ਅੱਜ ਉਹ ਜਿਹੜੇ ਦਰਦ ਹੈ ਉਹ ਸਾਡੇ ਅੰਦਰ ਸਮਾਏ ਹੋਏ ਨੇ। ਅੱਜ ਪੰਜਾਬੀ ਭਾਸ਼ਾ ਜਿਹੜੀ ਸਵੈ ਪੜਚੋਲ ਤੋਂ ਗੱਲ ਮੈਂ ਸ਼ੁਰੂ ਕਰੂੰਗਾ, ਕਿਉਂਕਿ ਪੰਜਾਬੀ ਭਾਸ਼ਾ ਦਾ ਜਿਹੜਾ ਮਿਆਰ ਅਸੀਂ ਕਹਿੰਦੇ ਕਿਉਂ ਡਿੱਗ ਰਿਹਾ, ਅੱਜ ਸਾਡੇ ਯੰਗਸਟਰ ਆ ਜਿਹੜੇ, ਸਾਡੇ ਗੀਤਾਂ ਦਾ ਮਿਆਰ ਕਿਉਂ ਡਿੱਗ ਰਿਹਾ, ਸਾਡੀ ਹਰ ਇੱਕ ਗੱਲ ਦੇ ਵਿੱਚ। ਜਿੱਥੇ ਕਿਤੇ ਤੁਸੀਂ ਫੇਸਬੁੱਕ ਚਲਾਉਂਦੇ ਹੋ ਮੇਰੇ ਦੋਸਤ, ਉੱਥੇ ਜਿਹੜੇ ਕਮੈਂਟ ਲਿਖਦੇ ਆ ਉਹ ਕਿੰਨੀ ਕਿੰਨੀ ਬੇਕਾਰ ਪੰਜਾਬੀ ਲਿਖੀ ਹੁੰਦੀ, ਮਾਫ ਕਰਨਾ, ਉਹਦੇ ਵਿੱਚ ਕੋਈ ਸ਼ਬਦ ਕਿਸੇ ਨੂੰ ਸ਼ੁੱਧ ਨਹੀਂ ਲਿਖਣਾ ਆਉਂਦਾ। ਉਹਦਾ ਕਾਰਨ ਇਹ ਹੈ ਕਿ ਬਾਈ ਜੀ 1995 ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵੀ ਪ੍ਰੋਫੈਸਰ ਦੀ ਭਰਤੀ ਨਹੀਂ ਹੋਈ। 25 ਸਾਲ ਹੋ ਗਏ, 25 ਸਾਲ ਹੋ ਗਏ ਕੋਈ ਸਰਕਾਰੀ ਪ੍ਰੋਫੈਸਰ ਦੀ ਭਰਤੀ ਨਹੀਂ ਹੋਈ। ਪੰਜਾਬ ਦੇ ਵਿੱਚ ਸਿਰਫ 47 ਜਿਹੜੇ ਸਰਕਾਰੀ ਕਾਲਜ ਰਹਿ ਗਏ ਨੇ। ਪੰਜਾਬ ਦੀ ਆਬਾਦੀ 2,80,00,000 ਹੈ, ਹਿਮਾਚਲ ਦੀ ਆਬਾਦੀ 1,00,00,000 ਹੈ, ਉੱਥੇ 97 ਸਰਕਾਰੀ ਕਾਲਜ ਹੈ, ਔਰ ਹਰਿਆਣੇ ਦੇ ਵਿੱਚ 170 ਮੇ ਵੀ ਜਿਹੜੇ ਸਰਕਾਰੀ ਕਾਲਜ ਹੈ, ਪੰਜਾਬ ਸਭ ਤੋਂ ਘੱਟ ਹੈ। ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਲਈ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਕਿ ਸਾਡੀ ਭਾਸ਼ਾ ਕਿੱਧਰ ਜਾ ਰਹੀ ਹੈ, ਅਸੀਂ ਕਿੱਧਰ ਜਾ ਰਹੇ ਹਾਂ। ਸਾਨੂੰ ਪਤਾ ਹੀ ਕੱਖ ਦਾ ਨਹੀਂ, ਕਿਸੇ ਗੱਲ ਦਾ ਹੀ ਨਹੀਂ ਪਤਾ ਗਾ, ਇਹ ਸਾਨੂੰ ਜਾਗਰੂਕ ਹੋਣਾ ਪੈਣਾ ਬਾਈ ਜੀ। ਨਰਮੇ ਤਾਂ ਜਿਹੜਾ ਅੱਜ ਕੱਲ੍ਹ ਮੁਆਵਜ਼ੇ ਦੀ ਗੱਲ ਚੱਲ ਰਹੀ ਹੈ, ਅਮਰੀਕਨ ਸੁੰਡੀ ਨੇ ਇੰਨਾ ਜ਼ਿਆਦਾ ਨੁਕਸਾਨ ਕੀਤਾ ਹੈ, ਪਰ ਮਾਫ ਕਰਨਾ, ਮੈਂ ਇੱਕੋ ਹੀ ਗੱਲ ਪੁੱਛੂੰਗਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਸਾਡਾ MLA ਕੌਣ ਹੈ, ਸਾਡਾ ਹਲਕਾ ਇੰਚਾਰਜ ਕੌਣ ਹੈ, ਸਾਡਾ ਫਲਾਨਾ ਕੌਣ ਹੈ ਜਿਹੜਾ ਲੀਡਰ ਤੋਂ ਕੰਮ ਕਰਾਉਂਦਾ। ਮੈਨੂੰ ਤੁਸੀਂ ਇੰਨੇ ਪਿੰਡਾਂ ਤੋਂ ਆਏ, ਕਿਰਪਾ ਕਰਕੇ ਹੱਥ ਖੜਾ ਕਰਕੇ ਦੱਸੋ ਵੀ ਤੁਹਾਡੇ ਪਿੰਡ 'ਚ ਖੇਤੀਬਾੜੀ ਵਿਕਾਸ ਅਫਸਰ ਦਾ ਨਾਂ ਕੀ ਹੈ, ਪਤਾ? ADO ਕਹਿੰਦੇ ਇੰਗਲਿਸ਼ ਜਿਹਨੂੰ, ਐਗਰੀਕਲਚਰ ਡਿਵੈਲਪਮੈਂਟ ਅਫਸਰ ਕੌਣ ਹੈ? ਕਿਸੇ ਇੱਕ ਬਾਈ ਨੂੰ ਪਤਾ ਹੋਵੇ ਇਹਨੇ ਪਿੰਡਾਂ ਤੋਂ ਆਏ? ਨਹੀਂ ਪਤਾ ਸਾਨੂੰ। ਸਾਨੂੰ ਅਵੇਅਰ ਹੋਣਾ ਪੈਣਾ ਖੇਤੀਬਾੜੀ ਵਿਕਾਸ ਅਫਸਰ ਕੌਣ ਆਉਂਦਾ, ਪਤਾ ਉਹਦਾ ਸਿਰ ਖਾਓ, ਜਾ ਕੇ ਪੁੱਛੋ ਭਾਈ ਕੀ ਗੱਲ ਆ, ਫਸਲਾਂ ਨੂੰ ਕਿਉਂ ਨਹੀਂ ਦੱਸਦੇ ਤੁਸੀਂ? 1.5 ਲੱਖ, 1.5-1.5 ਲੱਖ ਰੁਪਇਆ ਤਨਖਾਹ ਲੈਣ ਵਾਲੇ ਬੰਦੇ ਆ ਜਿਹੜੇ ਸਾਡੇ ਤੇ ਲਾਏ ਆ, ਸਾਨੂੰ ਉਹਨਾਂ ਦਾ ਪਤਾ ਹੀ ਨਹੀਂ। ਫਿਰ ਜਦੋਂ ਹੁਣ ਮੁਆਵਜ਼ੇ ਦੀ ਗੱਲ ਚੜੀ ਹੈ, ਰੂਟ ਲੈਵਲ ਤੋਂ ਸਾਨੂੰ ਸਾਰਾ ਸੁਧਾਰ ਕਰਨਾ ਪੈਣਾ, ਇੱਕ ਇੱਕ ਜਣੇ ਨੂੰ ਸੁਧਾਰ ਕਰਨਾ ਪੈਣਾ। ਕਹਿੰਦਾ ਜੇ ਤੁਸੀਂ ਆਪਣਾ ਮੁਲਕ ਸੁਧਾਰਨਾ ਚਾਹੁੰਦੇ ਹੋ ਤਾਂ ਉਹਦੀ ਸ਼ੁਰੂਆਤ ਸਾਨੂੰ ਤੁਹਾਡੇ ਤੋਂ ਕਰਨੀ ਪੈਣੀ ਹੈ। ਹੁਣ ਜਦੋਂ ਮੁਆਵਜ਼ਾ ਆਊਗਾ, ਮੁਆਵਜ਼ਾ ਬੇਸ਼ੱਕ ਅਸੀਂ ਮੰਗ ਕਰਦੇ ਹਾਂ ਮਿਲੇ ਬਹੁਤ ਜਲਦੀ, ਪਰ ਉਹਦੇ 'ਚ ਕੀ ਹੁੰਦਾ, ਉਹਦੇ ਵਿੱਚ ਕਈ ਵਾਰੀ ਨਰਮੇ ਵਾਲੇ ਰਹਿ ਜਾਂਦੇ, ਝੋਨੇ ਵਾਲੇ ਲੈ ਜਾਂਦੇ ਮੁਆਵਜ਼ਾ। ਇਹ ਹੁੰਦੀ ਗੱਲ ਕਿ ਨਹੀਂ ਹੁੰਦੀ ਬਾਈ? ਖੁੱਲ ਕੇ ਦੱਸੋ ਹੱਥ ਖੜੇ ਕਰਕੇ ਯਾਰ, ਇਹ ਹੁੰਦੀ ਗੱਲ ਕਿ ਨਹੀਂ ਹੁੰਦੀ? ਹਿੱਸਾ ਪੱਤੀ ਹੁੰਦਾ ਪਟਵਾਰੀਆਂ ਦੇ ਨਾਲ। ਤੇ ਮੈਂ ਇੱਕ ਸੁਝਾਅ ਵੀ ਦੇਣਾ ਚਾਹੂੰਗਾ, ਕਿਸਾਨ ਜਥੇਬੰਦੀ ਸਾਡੇ ਅੰਕਲ ਜੀ, ਅਸੀਂ ਉਹਨਾਂ ਦੇ ਬੱਚੇ, ਅਸੀਂ ਇਹਨਾਂ ਨੂੰ ਸੁਝਾਅ ਇਹ ਦੇ ਸਕਦੇ ਹਾਂ ਕਿ ਪਿੰਡਾਂ ਦੇ ਵਿੱਚ ਇੱਕ 5-5 ਜਣਿਆਂ ਦੀ ਕਮੇਟੀ ਬਣਾਈ ਜਾਵੇ, ਜਿਹੜੀ ਨਿਗਾਹ ਰੱਖੇ ਕਿ ਗਰਦੌਰੀਆਂ ਸਹੀ ਹੋ ਰਹੀਆਂ ਕਿ ਗਲਤ, ਰਿਸ਼ਵਤਖੋਰੀ ਉੱਥੇ ਬੰਦ ਹੋਵੇ। ਠੀਕ ਹੈ ਗੱਲ ਕਿ ਨਹੀਂ? ਕਿ ਜਿਹੜਾ ਜਿਹਦੀ ਫਸਲ ਮਰੀ ਹੈ ਭਾਈ, ਮੁਆਵਜ਼ਾ ਉਹਨੂੰ ਹੀ ਮਿਲਣਾ ਚਾਹੀਦਾ। ਸੋ ਬਹੁਤ ਸਾਰੀਆਂ ਗੱਲਾਂ ਨੇ ਕਹਿਣ ਵਾਲੀਆਂ, ਤੁਸੀਂ ਇਕਜੁੱਟ ਹੋਏ ਹੋ,
एक मंच ते इकट्ठे हो अज ये इकट्ठ वेख के लगता है। और दूसरे नंबर ते जिहड़ी मैं गल जिथे मैं समअप करनी सी गल कि अज साडे भैण भरा साडियां भैणां टैट पास करके वड्डे वड्डे टेस्ट पास करके अज टैंकियां ते चढ़ियां बैठियां बेचारियां और कई कच्चे अध्यापक जिहड़े 18 साल हो गए 10,000 ते 15,000 रुपया महीने ते लगे है उन्हां दे गां जवाक भी गभरू हो गए। वह किवें कहणगे भी साडे बच्चे इस मुल्क च रह जाण, वह भी कहणगे भी आईलैट्स करे ते बाहर निकले, असीं तां इत्थे खवजी जांदे हां। उन्हां दे बेचारियां दे चढ़दी उम्र दे विच टीचर लगे सी धौले आ गए वीरे सारयां दे। हाँ जी भाई, ते मैं समझदा जिवें प्रधान साहब ने गल कीती सी कि अज जे आपां मुलाजम वर्ग नूं अपने नाल तोरना तां आपां वी उहनां दे नाल तुरीए। अज साडियां भैणां उत्थे जिहड़े मुलाजम वीर टैंकियां ते चढ़दे आ, कल्ले मुजारा ना करना, इत्थों माड़ा जिहा हवाला देण दी लोड़ आ, एडा कट्ठ तां 4 दिनां दे विच उहनां दीआं मंगां मना दूंगा। तुसीं कित्थों बोलदे हो? ਉਹ ਵੀ ਸਾਡੇ ਭੈਣ ਭਰਾ ਹੀ ਹੈ। ਅੱਜ ਟੀਚਰ ਲੱਗਣਗੇ, ਅੱਜ ਸਕੂਲਾਂ ਦਾ ਸੁਧਾਰ ਹੋਊਗਾ, ਸਾਡੀ ਆਉਣ ਵਾਲੀ ਪੀੜ੍ਹੀ ਪੜ੍ਹੂ ਲਿਖੂਗੀ ਤਾਂ ਸਾਡਾ ਬਹੁਤ ਫਰਕ ਪਊਗਾ। ਸੋ ਸਾਨੂੰ ਇਹ ਚੀਜ਼ਾਂ ਗਰਾਊਂਡ ਲੈਵਲ ਤੋਂ ਸੋਚ ਕੇ ਸ਼ੁਰੂ ਕਰਨੀਆਂ ਚਾਹੀਦੀਆਂ। ਸਵੈ ਪੜਚੋਲ ਕਰਨੀ ਬਹੁਤ ਜ਼ਰੂਰੀ ਹੁੰਦੀ ਬਾਈ ਜੀ, ਕਿਉਂਕਿ ਬੁਲਾਰੇ ਬਹੁਤ ਨੇ, ਗੱਲਾਂ ਬਹੁਤ ਨੇ ਮਨ ਦੇ ਵਿੱਚ, ਕੋਈ ਨਹੀਂ। ਸੋ ਮੈਂ ਕਿਉਂਕਿ ਕਲਾਕਾਰ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਕਿ ਅਸੀਂ ਗੀਤ ਜਿਹੜੇ ਇੱਥੋਂ ਗਾਈਏ। ਔਰ ਤੁਸੀਂ ਬੜਾ ਉਹਨੂੰ ਸਤਿਕਾਰ ਦਿੱਤਾ, ਪਿਆਰ ਦਿੱਤਾ, ਸਾਲ ਹੋ ਗਿਆ ਉਸ ਗਾਣੇ ਆਏ ਨੂੰ ਕਿ ਨਾ ਕੋਈ ਕਾਂਗਰਸੀ ਨਾ ਅਕਾਲੀ ਸਭ ਸਾਬਤ ਕਰਤੇ ਜਾਲੀ ਘੁੰਮਦੀਆਂ ਫਿਰਨ ਜਿਪਸੀਆਂ ਖਾਲੀ ਸਭ ਸੋਚਾਂ ਵਿੱਚ ਡੁੱਬ ਗਏ ਨੇ ਨੀਲੇ ਮੋਰ ਤੇ ਚਿੱਟੇ ਬਗਲੇ ਵੇ ਅੱਜ ਕੱਲ੍ਹ ਕਿੱਧਰ ਉੱਡ ਗਏ। ਸੁਣਿਆ ਨਾ ਉਹ ਕਹਿੰਦਾ ਕਰ ਲਿਆ ਕਿਰਤੀ ਲੋਕਾਂ ਏਕਾ ਕਰਕੇ ਰੱਖਦਾ ਦੂਰ ਭੁਲੇਖਾ ਲੱਗ ਕੇ ਮੰਗਣ ਘੇਰ ਕੇ ਲੇਖਾ ਜੋ ਕੀਤੇ ਕਾਲੇ ਧੰਦੇ ਨੇ ਸਭ ਝੰਡੇ ਕਰਤੇ ਲੰਡੇ ਨੀ ਕਿਰਸਾਨੀ ਝੰਡੇ ਨੀ। ਤੁਸੀਂ ਜੇ ਇਹ ਕਰਾਓਗੇ, ਆਪਾਂ ਜੇ ਇਹ ਕਰਾਵਾਂਗੇ ਤਾਂ ਆਪਾਂ ਬਹੁਤ ਕੁਛ ਕਰ ਸਕਦੇ ਹਾਂ। ਆਪਾਂ ਨੂੰ ਲੀਡਰਾਂ ਦੇ ਪਿੱਛੇ ਕਾਜੂ ਵਾਲੀਆਂ ਪਲੇਟਾਂ ਚਾ ਕੇ ਭੱਜਣ ਦੀ ਲੋੜ ਨਹੀਂ ਪੈਣੀ। ਇੱਕ ਹੋਰ ਮੈਂ ਗੀਤ ਦੇ ਦੋ ਬੋਲ ਜ਼ਰੂਰ ਸਾਂਝੇ ਕਰਨੇ ਚਾਹੂੰਗਾ, ਮੈਂ ਬਸ ਸਿਰਫ 2 ਮਿੰਟ ਹੀ ਲੈਣੇ ਬਾਈ ਜੀ। ਕਿ ਕਿਸਾਨੀ ਇੱਕ ਨੂੰ ਵੇਖਦੇ ਕਿ ਲੀਡਰ ਤੇ ਉਹਦੀ ਘਰਵਾਲੀ ਥੋੜਾ ਮੂਡ ਥੋੜਾ ਲਾਈਟ ਕਰ ਦਈਏ, ਆਪਸ ਵਿੱਚ ਗੱਲਾਂ ਕਰਦੇ ਆ ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੁੰਦੇ ਆ। ਉਹ ਕਹਿੰਦੀ ਕਿਵੇਂ ਇਕੱਠੇ ਹੋ ਗਏ ਸਾਰੇ ਕਿਸਾਨ ਵੇ, ਉਹਦਾ ਘਰਵਾਲਾ ਲੀਡਰ ਕਹਿੰਦਾ, ਕਹਿੰਦਾ ਮੈਨੂੰ ਡਾਢਾ ਹੀ ਕਰੀ ਜਾਂਦੇ ਪਰੇਸ਼ਾਨ ਏ। ਕਹਿੰਦੀ ਢੋਲਾ ਚੱਲ ਕੋਈ ਚਾਲ, ਕਹਿੰਦਾ ਕਿਤੇ ਗਲਦੀ ਨਾ ਦਾਲ। ਕਹਿੰਦੇ ਚੱਕੀ ਫਿਰਦੇ ਕਿਸਾਨੀ ਵਾਲੇ ਝੰਡੇ, ਉਹ ਕਹਿੰਦਾ ਪਤੀਲੇ ਵਾਂਗੂ ਮਾਂਜ ਦੇਣਗੇ ਜੇ ਨਾ ਐਤਕੀ ਵੋਟਾਂ ਚ ਗਏ ਬੰਦੇ। ਤੁਸੀਂ ਮਾਂਜ ਸਕਦੇ ਹੋ ਖੜੇ ਖੜੋਤੇ, ਬਸ ਇੱਕ ਰਿਹਾ ਜੇ ਵੀਰ ਬਣ ਕੇ। ਸੋ ਭਾਈ 2 ਲਾਈਨਾਂ ਇੱਕ ਗੀਤ ਦੀਆਂ ਬੋਲ ਕੇ ਉਸ ਤੋਂ ਪਿੱਛੋਂ ਥੋੜਾ ਜਿਹਾ ਗਾ ਜਾਂ ਭਾਈ। ਕਹਿੰਦੇ ਹੁੰਦੇ ਕਬੱਡੀ ਖੇਡਣ ਵਾਲੇ ਨੂੰ ਕਿਤੇ ਹਾਜ਼ਰੀ ਲਵਾਉਣੀ ਪਵੇ ਉਹਨੂੰ ਕੋਈ ਨਹੀਂ ਕਹਿੰਦਾ ਕੌਡੀ ਪਾ ਕੇ ਜਾ, ਪਰ ਗਾਉਣ ਵਾਲੇ ਨੂੰ ਜ਼ਰੂਰ ਇੱਕ ਛੋਟੀ ਜਿਹੀ ਹਾਜ਼ਰੀ ਲਵਾਉਣੀ ਪੈਂਦੀ। 2 ਮਿੰਟ ਉਹਨਾਂ ਦੇ ਵਿੱਚ ਬੋਲ ਬੋਲਦੇ ਆ। ਹੋ ਵੇਲਾ ਹੁਣ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਦਾ, ਉਹ ਇਕੱਠ ਹੋਰ ਧੂਣਾ ਚਾਉਣਾ ਦਿੱਲੀ ਚ ਵਧਾਉਣ ਦਾ, ਉਹ ਸੌਹਾਂ ਖਾ ਲੋ ਕੰਮ ਪੂਰਾ ਖਿੱਚ ਕੇ ਮੁੜਾਂਗੇ ਹੁਣ ਜਦੋਂ ਮੁੜੇ ਬਸ ਜਿੱਤ ਕੇ ਮੁੜਾਂਗੇ ਹੁਣ ਜਦੋਂ ਮੁੜੇ ਬਸ ਜਿੱਤ ਕੇ ਮੁੜਾਂਗੇ ਹੋ ਜਿਹੜੀ ਟਾਲੀ ਖੇਤ ਕਦੇ ਦਾਦੇ ਨੇ ਸਿਲਾਈ ਸੱਚੀ ਸੌ ਲੱਗੇ ਤੁਹਾਨੂੰ ਉਹਦੀ ਛਾਂ ਦੀ ਹੋ ਪੁੱਤਰੋ ਪੰਜਾਬ ਦੇ ਉਹ ਘਰਾਂ ਵਿੱਚੋਂ ਬਾਹਰ ਆਓ ਰਾਖੀ ਕਰੋ ਮਿੱਟੀ ਇਸ ਮਾਂ ਦੀ ਆਖੋ ਇਤਿਹਾਸ ਨਵਾਂ ਲਿਖ ਕੇ ਮੁੜਾਂਗੇ ਹੁਣ ਜਦੋਂ ਮੁੜੇ ਬਸ ਜਿੱਤ ਕੇ ਮੁੜਾਂਗੇ ਹੁਣ ਜਦੋਂ ਮੁੜੇ ਬਸ ਜਿੱਤ ਕੇ ਮੁੜਾਂਗੇ ਹੋ ਖੇਤ ਮਜ਼ਦੂਰ ਕੀ ਦੁਕਾਨਦਾਰ ਵੀਰ ਸਾਰੇ ਰਲ ਕੇ ਬਣਾ ਲਓ ਹੁਣ ਕਾਫਲੇ ਇੱਕੋ ਝੰਡੇ ਥੱਲੇ ਹਾੜਾ ਇਕੱਠੇ ਹੋ ਜੋ ਸਾਰੇ ਬਾਕੀ ਮੇਟ ਦਿਓ ਸੱਚੀ ਸਾਰੇ ਫਾਸਲੇ ਕੁਝ ਨਹੀਂ ਗਵਾਉਂਦੇ ਸਗੋਂ ਸਿੱਖ ਕੇ ਮੁੜਾਂਗੇ ਹੁਣ ਜਦੋਂ ਮੁੜੇ ਬਸ ਜਿੱਤ ਕੇ ਮੁੜਾਂਗੇ ਹੁਣ ਜਦੋਂ ਮੁੜੇ ਬਸ ਜਿੱਤ ਕੇ ਮੁੜਾਂਗੇ ਹੋ ਗੁਰਵਿੰਦਰ ਬਰਾੜਾ ਮਹਾਂਬਦਰ ਤੇ ਗੁਰੂ ਘਰੋਂ ਮੱਥਾ ਟੇਕ ਚੜ ਜਾ ਟਰਾਲੀ ਤੇ ਹੋ ਪਾ ਦੇ ਹਿੱਸਾ ਤੂੰ ਵੀ ਕੁਝ ਇਸ ਮਹਾਂਯੱਗ ਵਿੱਚ ਰੱਖ ਕੇ ਭਰੋਸਾ ਉਸ ਵਾਲੀ ਤੇ ਹੋ ਵੱਡੇ ਚਾਲ ਬਾਜਾਂ ਨਾਲ ਨਜਿੱਠ ਕੇ ਮੁੜਾਂਗੇ ਹੁਣ ਜਦੋਂ ਮੁੜੇ ਬਸ ਜਿੱਤ ਕੇ ਮੁੜਾਂਗੇ ਹੁਣ ਜਦੋਂ ਮੁੜੇ ਬਸ ਜਿੱਤ ਕੇ ਮੁੜਾਂਗੇ ਹੋ ਕਿਸਾਨ
ਮੁਲਾਜ਼ਮ ਏਕਤਾ ਜ਼ਿੰਦਾਬਾਦ। ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਦਾ ਇਹ ਤਾਂ ਸਾਡੀ ਹਰੇਕ ਸਿਰ ਤੇ ਵੀਰ ਹਾਜ਼ਰ ਹੁੰਦੇ ਆ।